ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਕੋਰੋਨਾ ਵਾਇਰਸ ਨੂੰ ਭਾਰਤ ਵਿੱਚ ਫੈਲਣ ਦੇ ਮੱਦੇਨਜ਼ਰ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਭਲਕੇ 16 ਮਾਰਚ ਤੋਂ ਅਗਲੇ ਹੁਕਮਾਂ ਤੱਕ ਲਈ ਆਰਜ਼ੀ ਤੌਰ ਤੇ ਬੰਦ ਕੀਤਾ ਜਾ ਰਿਹਾ ਹੈ। ਕਰਤਾਰਪੁਰ ਲਾਂਘਾ ਬੰਦ ਕੀਤੇ ਜਾਣ ਨਾਲ ਸ਼ਰਧਾਲੂ ਸਹਿਮਤ ਨਹੀਂ ਹਨ ਤੇ ਉਹਨਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਸ ਸੰਬੰਧੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਕਿਉਂਕਿ ਇਹ ਮੁੱਦਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਜਦਕਿ ਕਰਤਾਰਪੁਰ ਸਾਹਿਬ ਜਾਣ ਤੇ ਉੱਥੋਂ ਵਾਪਸ ਪਰਤਣ ਦੌਰਾਨ ਉਹਨਾਂ ਨੂੰ ਕਿਧਰੇ ਵੀ ਕੋਰੋਨਾ ਵਾਇਰਸ ਦਾ ਅਸਰ ਨਜ਼ਰ ਨਹੀਂ ਆਇਆ। ਲਾਂਘਾ ਬੰਦ ਕੀਤਾ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਹੁਣ ਤਾਂ ਗੌਰਮੈਂਟ ਦੀ ਮਰਜ਼ੀ ਹੈਗੀ, ਇਹ ਮਰਜ਼ੀ ਗੌਰਮੈਂਟ ਕਰਦੀ ਹੈ ਨਾ, ਹੁਣ ਤਾਂ ਦਰਬਾਰ ਸਾਹਿਬ ਤਾਂ ਦੁਨੀਆ ਜਾਂਦੀ ਹੈ। ਠੀਕ ਹੈ, ਆਪਣੇ ਹਰਿਮੰਦਰ ਸਾਹਿਬ, ਹਾਂਜੀ ਹਾਂਜੀ, ਬਾਕੀ ਇੱਥੇ ਵੀ ਇਹ ਦੇਖੋ ਹੁਣ ਕੀਤਾ ਜਾਣ ਲੈਣਾ ਚਾਹੀਦਾ ਨਾ। ਤੁਹਾਡਾ? ਸਾਡਾ ਨਾਮ ਅਮਲੀਕ ਸਿੰਘ ਜੀ। ਹਾਂਜੀ, ਕਿੱਥੋਂ ਆਏ ਜੀ? ਅਸੀਂ ਪਿੰਡ ਪਧਿਆਣਾ, ਜ਼ਿਲ੍ਹਾ ਜਲੰਧਰ ਤੋਂ ਆਏ ਹਾਂ ਜੀ। ਠੀਕ ਹੈ ਜੀ, ਅਤੇ ਹੁਣ ਐਸਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਆ ਰਹੇ ਹੋ? ਹਾਂਜੀ ਬਿਲਕੁਲ, ਕਰਤਾਰਪੁਰ ਤੋਂ ਆ ਰਹੇ ਹਾਂ। ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ? ਬਹੁਤ ਵਧੀਆ ਦਰਸ਼ਨ ਹੋਏ ਜੀ, ਬਹੁਤ ਹੀ ਵਧੀਆ ਆਨੰਦ ਆ ਗਿਆ ਜੀ। ਠੀਕ ਹੈ ਜੀ, ਹਾਂਜੀ, ਬਹੁਤ ਅੱਗੇ ਵੀ ਗਏ ਸਰ? ਪਹਿਲੀ ਵਾਰੀ? ਨਹੀਂ, ਪਹਿਲੀ ਵਾਰੀ ਸਰ ਗਏ। ਪਰਿਵਾਰ ਸਮੇਤ ਗਏ? ਹਾਂਜੀ ਬਿਲਕੁਲ, ਪਰਿਵਾਰ ਸਮੇਤ। ਅਤੇ ਜਿਹੜਾ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਵਾ ਭਾਰਤ ਸਰਕਾਰ ਵੱਲੋਂ ਲਾਂਘਾ ਬੰਦ ਕਰਨ ਦੇ ਵੱਲੋਂ ਸਟੈਪ ਚੁੱਕਿਆ ਜਾ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਸਰ, ਸੇਫਟੀ ਵਾਈਜ਼ ਦੇਖੀਏ ਤਾਂ ਵਧੀਆ ਹੈ, ਤਾਂ ਬਾਕੀ ਕੋਈ ਇੱਦਾਂ ਦੀ ਸਾਨੂੰ ਲੱਗੀ ਤਾਂ ਹੈ ਨਹੀਂ, ਲੋਕ ਤਾਂ ਬਹੁਤ ਵਧੀਆ ਤਰੀਕੇ ਨਾਲ ਦਰਸ਼ਨ ਕਰਕੇ ਆਏ। ਜਿਵੇਂ ਦਰਬਾਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਸੰਗਤ ਆ ਰਹੀ ਆ, ਆਪਣਾ ਹਰਿਮੰਦਰ ਸਾਹਿਬ ਵੀ ਆ ਰਹੀ ਆ, ਇੱਥੇ ਸੰਗਤ ਜਾ ਰਹੀ? ਹਾਂਜੀ ਬਿਲਕੁਲ, ਕੋਈ ਦਿੱਕਤ ਨਹੀਂ ਜੀ, ਤੁਸੀਂ ਦੇਖ ਲਓ ਕਿੱਦਾਂ ਰੌਣਕਾਂ ਲੱਗੀਆਂ ਜੀ, ਆਲੇ ਦੁਆਲੇ ਦਿਖਾਓ, ਬੜਾ ਸਾਰੀ ਦੁਨੀਆ ਜਾ ਰਹੀ ਹੈ, ਕੋਈ ਡਰ ਨਹੀਂ, ਜਦੋਂ ਪਰਮਾਤਮਾ ਦੇ ਘਰ ਚੱਲੇ ਆ ਤਾਂ ਫਿਰ ਕੋਈ ਡਰ ਨਹੀਂ ਮਨ ਚ ਜੀ। ਤੇ ਉਧਰ ਹੁਣ ਆਪਣਾ ਉਧਰ ਸੰਗਤ ਵੀ ਪਾਕਿਸਤਾਨ? ਹਾਂਜੀ ਬਿਲਕੁਲ, ਉਹਨਾਂ ਦੀ ਸੰਗਤ ਵੀ ਥੋੜੀ ਸੀ, ਵੈਸੇ ਉਹਨਾਂ ਨੇ ਉਹ ਕਹਿੰਦੇ ਸੀ ਸੰਡੇ ਅਸੀਂ ਕਲੋਜ਼ ਕੀਤਾ ਆ, ਉਦਾਂ ਉਹਨਾਂ ਤੋਂ ਕਹਿੰਦੇ 25,000 ਬੰਦਾ ਡੇਲੀ ਆ ਰਿਹਾ, ਪੁੱਛਿਆ ਸੀ ਉਹਨਾਂ ਨੂੰ ਤਾਂ ਉਹ ਕਹਿੰਦੇ ਹੁਣ ਥੋੜਾ ਬੰਦ ਕੀਤਾ ਇਹਦੇ ਕਰਕੇ, ਪਰ ਇਧਰਲੀ ਸੰਗਤ ਸਾਡੇ ਇੰਡੀਆ ਦੀ ਸੰਗਤ ਕਾਫੀ ਦੇ ਗਈ ਸੀ। ਕਿਹਨਾਂ ਤੁਹਾਡਾ ਜੀ? ਭੁਪਿੰਦਰ ਸਿੰਘ। ਕਿੱਥੋਂ ਆਏ ਜੀ? ਲੁਧਿਆਣੇ ਤੋਂ। ਲੁਧਿਆਣੇ ਤੋਂ ਹੁਣ ਤੁਸੀਂ ਗੁਰਦੁਆਰਾ ਕਰਤਾਰ ਸਾਹਿਬ ਤੋਂ? ਕਰਤਾਰ ਸਿੰਘ ਤੋਂ ਦਰਸ਼ਨ ਕਰਕੇ ਆ ਰਹੇ ਹਾਂ। ਅੱਛਾ ਜੀ, ਅਤੇ ਕਿਵੇਂ ਮਹਿਸੂਸ ਕਰ ਰਹੇ? ਬਹੁਤ ਵਧੀਆ ਜੀ, ਬਹੁਤ ਵਧੀਆ ਆਨੰਦ ਆਇਆ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਸਥਾਨ ਦੇ। ਅੱਛਾ ਜੀ, ਤਾਂ ਆਪਣਾ ਪਹਿਲੀ ਦਫਾ ਗਏ ਜੀ? ਪਹਿਲੀ ਦਫਾ ਗਿਆ ਸੀ। ਜਿਹੜਾ ਕੋਰੋਨਾ ਵਾਇਰਸ ਕਰਕੇ ਲਾਂਘਾ ਬੰਦ ਕੀਤਾ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਇਹਦੇ ਬਾਰੇ ਤਾਂ ਹੁਣ ਗੌਰਮੈਂਟ ਹੀ ਦੱਸ ਸਕਦੀ ਹੈ, ਬਾਕੀ ਹੁਣ ਦਰਬਾਰ ਸਾਹਿਬ ਵੀ ਤਾਂ ਰੋਜ਼ ਸੰਗਤ ਕਿੰਨੀ ਲੱਖਾਂ ਦੇ ਹਿਸਾਬ ਨਾਲ ਸੰਗਤ ਜਾਂਦੀ ਹੈ, ਜੇ ਵੀ ਚੱਲਦਾ ਰੱਖ ਦੇਣਗੇ ਕੋਈ ਇੰਨਾ ਤਾਂ ਹੈ ਨਹੀਂ। ਠੀਕ ਹੈ, ਅਤੇ ਤੁਹਾਡੇ ਸਾਹਮਣੇ ਖੁੱਲ੍ਹਾ ਰਹਿਣਾ ਚਾਹੀਦਾ ਸੀਗਾ? ਹਾਂਜੀ, ਖੁੱਲ੍ਹਾ ਰਹਿਣਾ ਚਾਹੀਦਾ, ਬਹੁਤ ਵਧੀਆ ਗੱਲ ਆ, ਰੋਜ਼ ਸੰਗਤ ਕਿੱਡੀ ਦੂਰੋਂ ਦੂਰੋਂ ਆ ਰਹੇ ਨੇ ਦਰਸ਼ਨਾਂ ਲਈ। ਤੁਸੀਂ ਹੁਣ ਉੱਧਰ ਆਏ ਤਾਂ ਉੱਧਰ ਪਾਕਿਸਤਾਨੀ ਸੰਗਤ ਵੀ ਆਈ ਸੀਗੀ? ਨਹੀਂ, ਉਹਨਾਂ ਨੇ ਅੱਜ ਬੰਦ ਕਰਤਾ ਸੀ ਜੀ, ਅੱਜ ਕੋਈ ਸੰਗਤ ਨਹੀਂ ਆਈ ਉਹਨਾਂ ਦੀ। ਠੀਕ ਹੈ ਜੀ, ਹਾਂਜੀ। ਹਰਦੀਪ ਸਿੰਘ ਹੈ ਜੀ। ਕਿੱਥੋਂ ਆਏ ਜੀ? ਲੁਧਿਆਣੇ ਤੋਂ ਆਏ ਹਾਂ ਜੀ। ਹਾਂਜੀ, ਹੁਣ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਆ ਰਹੇ ਹੋ? ਹਾਂਜੀ ਹਾਂਜੀ ਹਾਂਜੀ। ਅਤੇ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ? ਬਹੁਤ ਮਨ ਖੁਸ਼ ਹੁੰਦਾ ਜੀ, ਗੁਰੂ ਸਾਹਿਬ ਦੇ ਮਤਲਬ ਦਰਸ਼ਨ ਕਰਕੇ ਇੱਧਰ ਕਰਤਾਰਪੁਰ। ਠੀਕ ਹੈ, ਅਤੇ ਲਾਂਘੇ ਦਾ ਬਹੁਤ ਮਤਲਬ ਕਈ ਬੰਦਿਆਂ ਤੋਂ ਜਿਹੜੇ ਆਏ ਸੀਗੇ, ਸੰਗਤ ਆਉਂਦੀ ਹੈ ਉਹਨਾਂ ਤੋਂ ਸੁਣਿਆ ਸੀਗੇ, ਅਤੇ ਇੱਥੇ ਆ ਕੇ ਪਤਾ ਲੱਗਦਾ ਜੀ, ਬਿਲਕੁਲ ਰੂਹ ਨੂੰ ਖੁਸ਼ੀ ਮਿਲਦੀ ਹੈ। ਬਿਲਕੁਲ, ਅਤੇ ਉੱਧਰ ਦੀ ਸੰਗਤ ਵੀ ਆਈ ਸੀ ਉਦੋਂ? ਅੱਜ ਤਾਂ ਨਹੀਂ, ਨਹੀਂ ਅੱਜ ਉੱਧਰਲੀ ਸੰਗਤ ਕੋਈ ਨਹੀਂ ਸੀਗੀ। ਕੋਰੋਨਾ ਵਾਇਰਸ ਨੂੰ ਕਰਕੇ ਜਿਹੜਾ ਭਾਰਤ ਸਰਕਾਰ ਵੱਲੋਂ ਲਾਂਘਾ ਵੱਲ ਬੰਦ ਕਰਦਾ ਆਖਿਆ ਗਿਆ ਜਾ ਰਿਹਾ, ਅਤੇ ਤੁਸੀਂ ਕੀ ਕਹਿੰਦੇ, ਅਸੀਂ ਕੀ ਕਰਨਾ ਚਾਹੋਗੇ? ਦੇਖੋ ਜੀ, ਇਹ ਤਾਂ ਵੈਸੇ ਤਾਂ ਸਰਕਾਰਾਂ ਦਾ ਹੀ ਹੈ, ਮਤਲਬ ਜੋ ਵੀ ਹੈ ਉਹਨਾਂ ਦੇ ਡਿਸੀਜਨ ਨੇ ਆਪਣੇ, ਬਾਕੀ ਜੇ ਜਿਵੇਂ ਹੁਣ ਉੱਧਰਲਾ ਲਾਂਘਾ ਉਹਨਾਂ ਨੇ ਬੰਦ ਕੀਤਾ ਸੀਗਾ, ਇੱਧਰਲਾ ਖੁੱਲ੍ਹਾ ਵੀ ਰੱਖ ਲੈਂਦੇ ਤਾਂ ਵੀ ਕੋਈ ਐਸੀ ਕੋਈ ਬੜੀ ਗੱਲ ਨਹੀਂ ਸੀ, ਬਾਕੀ ਸਰਕਾਰਾਂ ਦੇ ਉੱਤੇ। ਡੈਨੀ ਮੈਨਹਸ ਸਰ ਜੀ, ਕਿੱਥੋਂ ਰਹਿਣ ਵਾਲੇ ਜੀ? ਕੈਨੇਡਾ, ਵੈਂਕੂਵਰ। ਅੱਛਾ ਜੀ, ਹੁਣ ਤੁਸੀਂ ਕਿੱਥੋਂ ਆ ਰਹੇ? ਕਰਤਾਰਪੁਰ ਲਾਂਘੇ। ਕਿਵੇਂ ਮਹਿਸੂਸ ਕੀਤਾ ਤੁਸੀਂ? ਇਟ ਵਾਸ ਰੀਲੀ ਗੁੱਡ, ਰੀਲੀ ਆਈ ਇੰਜੋਇਡ ਇਟ। ਅੱਛਾ ਜੀ, ਆਪਣਾ ਪਹਿਲੀ ਦਫਾ ਗਏ? ਹਾਂਜੀ ਯੈਸ। ਅੱਛਾ ਜੀ, ਹੁਣ ਸਾਰੇ ਪ੍ਰਵਾਸ ਸਮੇਤ ਆਏ? ਯੈਸ। ਅਤੇ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਅੱਜ ਤੋਂ ਲਾਂਘਾ ਬੰਦ ਕੀਤਾ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਈ ਥਿੰਕ ਇਟਸ ਆਲ ਪੋਲੀਟੀਕਲ ਸਟੰਟ ਐਂਡ ਇਟਸ ਅ ਸਕੇਅਰ ਟੈਕਟਿਕ, ਐਕਚੁਅਲੀ ਇਟਸ ਨਥਿੰਗ ਟੂ ਇਟ। ਆਈ ਡੋਨਟ ਥਿੰਕ ਦੇਅਰ ਇਜ਼ ਐਨੀ ਕੋਰੋਨਾ ਵਾਇਰਸ, ਇਟਸ ਜਸਟ ਮੇਕਿੰਗ ਥਿੰਗਸ ਅਪ। ਠੀਕ ਹੈ, ਅਤੇ ਉੱਧਰ ਤੁਸੀਂ ਹੁਣ ਗਏ ਕਰਤਾਰਪੁਰ ਸਾਹਿਬ, ਉੱਧਰ ਦੀ ਸੰਗਤ ਵੀ ਆਈ ਸੀ ਪਹੁੰਚੀ? It wasn't that many today because they closed it on Sundays, I believe. But most of the Indians from the India side. ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਰਤਾਰਪੁਰ ਸਾਹਿਬ ਬਾਰੇ? I think it's really good. Everybody should come out and enjoy the scene. I mean, it's really nice. I enjoyed it.